ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਰਜੋਤ ਸਿੰਘ, ਐਡਮਿਨਿਸਟ੍ਰੇਟਰ ਆਫ ਦਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ। ਆਪ ਜੀ ਦੇ ਨਾਲ ਅੱਜ ਇੱਕ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ ਸਕੂਲ ਸੌਫਟਵੇਅਰ ਐਂਡ ਸਕੂਲ ERP ਦੇ ਨਾਲ ਰਿਲੇਟਡ ਹੈ। ਅਸੀਂ ਪਿਛਲੇ 2-3 ਸਾਲ ਤੋਂ ਡਿਜੀਟਲ ਟੈਕਨੋਲੋਜੀ ਨਾਮ ਦਾ ਸੌਫਟਵੇਅਰ ਯੂਜ਼ ਕਰ ਰਹੇ ਹਾਂ, ਜਿਸ ਨੂੰ ਯੂਜ਼ ਕਰਕੇ ਸਾਨੂੰ ਸਕੂਲ ਮੈਨੇਜਮੈਂਟ ਨੂੰ, ਸਕੂਲ ਸਟਾਫ ਨੂੰ, ਸਕੂਲ ਸਟੂਡੈਂਟਸ ਨੂੰ, ਸਕੂਲ ਪੇਰੈਂਟਸ ਨੂੰ ਬਹੁਤ ਹੀ ਜ਼ਿਆਦਾ ਹੈਲਪ ਮਿਲੀ ਆ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਲੋਕਡਾਊਨ ਦੇ ਵਿੱਚ ਜੋ ਔਨਲਾਈਨ ਸਟੱਡੀ ਦੀ ਪ੍ਰੋਬਲਮ ਆ ਰਹੀ ਸੀ, ਉਹ ਸਾਡੀ ਟੋਟਲੀ ਸੋਲਵ ਹੋ ਗਈ ਆ ਇਸ ਸੌਫਟਵੇਅਰ ਦੇ ਰਾਹੀਂ। ਜੋ ਟੀਚਰਸ ਐਂਡ ਸਟੂਡੈਂਟਸ ਹੈ ਉਹ 1-to-1 ਕਮਿਊਨੀਕੇਸ਼ਨ ਰਾਹੀਂ ਆਪਣਾ ਹੋਮਵਰਕ, ਔਨਲਾਈਨ ਸਟੱਡੀ, ਆਪਣੀਆਂ ਫੀਡਬੈਕ, ਆਪਣੀਆਂ ਪ੍ਰੋਬਲਮਸ ਸ਼ੇਅਰ ਕਰ ਰਹੇ ਨੇ। ਔਰ ਇਸ ਤੋਂ ਬਿਨਾਂ ਇਸ ਸੌਫਟਵੇਅਰ ਦੇ ਹੋਰ ਵੀ ਬਹੁਤ ਜ਼ਿਆਦਾ ਫੀਚਰ ਆ ਜੋ ਅਸੀਂ ਯੂਜ਼ ਕਰਕੇ ਆਪਣੇ ਸਕੂਲ ਨੂੰ ਇੱਕ ਡਿਜੀਟਲ ਸਕੂਲ ਬਣਾ ਲਿਆ, ਜਿਸ ਦੇ ਵਿੱਚ ਔਨਲਾਈਨ ਟਾਈਮ ਟੇਬਲ, ਔਨਲਾਈਨ ਸਟੂਡੈਂਟ ਐਡਮਿਸ਼ਨ ਐਂਡ ਇਨਵੈਂਟਰੀ, ਟਰਾਂਸਪੋਰਟ, ਲਾਇਬ੍ਰੇਰੀ, ਫੀਸ ਮੈਨੇਜਮੈਂਟ, ਟੀਚਰ ਸੈਲਰੀ, ਐਗਜ਼ਾਮੀਨੇਸ਼ਨ ਐਂਡ ਔਨਲਾਈਨ ਅਟੈਂਡੈਂਸ, ਸਕੂਲ ਐਕਟੀਵਿਟੀਜ਼ ਐਂਡ ਸਕੂਲ ਅਨਾਊਂਸਮੈਂਟ ਐਂਡ ਨੋਟਸ ਬੋਰਡ। ਇਹ ਬਹੁਤ ਹੀ ਜੋ 14-15 ਫੀਚਰਸ ਆ ਅਸੀਂ ਇਸ ਨੂੰ ਯੂਜ਼ ਕਰ ਰਹੇ ਹਾਂ। ਸਾਡੇ ਜੋ ਸਕੂਲ ਦੇ ਸਟਾਫ ਆ, ਸਕੂਲ ਦੇ ਪੇਰੈਂਟਸ, ਸਕੂਲ ਦੇ ਟੀਚਰਸ ਐਂਡ ਸਟੂਡੈਂਟਸ ਆ, ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਰਹੇ ਨੇ। ਔਰ ਅਸੀਂ ਇਸ ਸੌਫਟਵੇਅਰ ਨੂੰ ਯੂਜ਼ ਕਰਕੇ ਬਹੁਤ ਹੀ ਸੈਟਿਸਫਾਈ ਹਾਂ ਔਰ ਅਸੀਂ ਇਹੀ ਕਾਮਨਾ ਕਰਦੇ ਹਾਂ ਇਹ ਸੌਫਟਵੇਅਰ ਹੋਰ ਵੀ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਕਰੇ। ਥੈਂਕ ਯੂ।